मैं किसान मजदूर संघर्ष कमेटी का सूबा जनरल सकत्तर सरवण सिंह पंधेर बोलदा। तुसी देवीदासपुरा रेल ट्रैक ते अज 17वां दिन है साडा रेल रोको अंदोलन का बहुत वड्डा कट। अर्ली मॉर्निंग असी जिहड़ी है वीडियो बना रहे हां, जिहड़ी ये आ रहा न्यूज़ ते भी समस्यावां पैदा हो रही वा। सो उन्हां समस्यावां लई चाहे बाजार च शार्ट आ रही आ, कुछ होर समस्या मोदी सरकार जिम्मे, क्राइसिस लई मोदी सरकार आ। वह जिन्नी जल्दी इमानदारी नाल गलबात कर ले इदी जिदी यह क्राइसिस खत्म होगा। पर उहदा जोर लग्गिया होया पंजाब दीआं जथेबंदीआं च पाट पाउणा, हरियाणे नालों पंजाब नूं अड करना, देश दे होर सूबिआं दे जथेबंदीआं नूं अड करके, सो फुट पाउण वाली नीति आ ते बड़ा छल लगातार चल रहा। सो सरकार लई खुद वो मंत्री जो बयान दाग रहे, मेरे ख्याल लोड़ ही नहीं हैगी। जिहड़ा जनतक खेत्र दे विच दूरदर्शन है वह लगातार सरकार का प्रचार ही कर रहा, साडी तां गल उच्च को जा ही नहीं रही। सो होर उन्हां नूं की प्रचार चाहिए, सो गलबात लई माहौल पैदा करना चाहिए वा भी गलबात। दूसरा कैप्टन सरकार जिवें तरलो मच्छी हो रही आ, लगता भी जिवें इस अंदोलन की हमायत ना करके तो उधर प्रैशर पाउण की बजाय मोदी सरकार के खिलाफ उहदा दबाव बनाउण दी, भी क्राइसिस नूं हल करो। ਉਹਦਾ ਉਹਨਾਂ ਨੇ ਜੋ ਬਿਆਨਬਾਜ਼ੀ ਆ ਰਹੀ ਆ, ਅਸੀਂ ਪਹਿਲੋਂ ਕਿਹਾ ਸੀ ਵੀ ਕਾਰਪੋਰੇਟ ਹਾਊਸਿਸ ਜਿਹੜਾ ਵਾ ਉਹ ਮੀਡੀਆ ਹਾਊਸ ਉਹਨਾਂ ਦਾ ਗੁਲਾਮ ਹੈ, ਜਿਵੇਂ ਕਿਸਾਨਾਂ ਖਿਲਾਫ ਆਪ ਗੱਲਾਂ ਛੇੜ ਕੇ ਪ੍ਰਚਾਰ ਪ੍ਰੋਪੋਗੰਡਾ ਕੈਪਟਨ ਸਰਕਾਰ ਕਰ ਰਹੀ ਵੀ ਆਹ ਘਟ ਗਿਆ ਉਹ ਘਟ ਗਿਆ। ਇਹਦੀ ਬਜਾਏ ਵੀ ਮੋਦੀ ਅਤੇ ਕੇਂਦਰ ਨੂੰ ਨਿਸ਼ਾਨਾ ਬਣਾਇਆ ਜਾਵੇ ਵੀ ਉਹਨਾਂ ਕਰਕੇ ਇਹ ਸਮੱਸਿਆ ਆ ਰਹੀ ਹੈ, ਜੇ ਸਮੱਸਿਆ ਦਾ ਹੱਲ ਕਰ ਦਿੰਦੇ ਤਾਂ ਇਹ ਸਮੱਸਿਆ ਨਾ ਉਪਜਦੀ। ਸੋ ਇਹਦੇ ਨਾਲ ਨਾਲ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੋਕਾਂ ਦਾ ਗੁੱਸਾ ਵਾ ਉਹ ਵੱਧ ਰਿਹਾ ਵਾ। ਅਸੀਂ ਫਿਰ ਅੰਦੋਲਨ ਨੂੰ ਤੇਜ਼ ਕਰਨ ਲਈ ਚਾਹੇ ਕਾਰਪੋਰੇਟ ਘਰਾਂ ਦੀਆਂ ਵਸਤੂਆਂ ਦਾ ਬਾਈਕਾਟ ਆ, ਚਾਹੇ ਉਹਨਾਂ ਖਿਲਾਫ਼ ਜਨਤਕ ਅੰਦੋਲਨ ਆ। ਸੋ ਫਿਰ ਦੁਬਾਰਾ ਕਰਦੇ ਹਾਂ, ਜਿਹੜੇ ਰਾਗੀ ਆ, ਢਾਡੀ ਆ, ਕਥਾ ਵਾਚਕ ਆ, ਗਾਇਕ ਆ ਜਾਂ ਫਿਲਮ ਇੰਡਸਟਰੀ ਦੇ ਲੋਕ ਆ, ਬਹੁਤ ਵਧੀਆ ਚੱਲ ਰਿਹਾ, ਇਹਨਾਂ ਨੂੰ ਹੋਰ ਖੁੱਲ੍ਹ ਕੇ ਹੰਗਾਰਾ ਦਈਏ। ਸੋ ਇਹ ਕਾਰਪੋਰੇਟ ਘਰਾਣਿਆਂ ਖਿਲਾਫ਼ ਜਿਹੜੀ ਜੰਗ ਆ, ਇਹ ਦੁਨੀਆ ਦੀ ਸਭ ਤੋਂ ਵੱਡੀ ਜੰਗ ਆ, ਜਿਹੜੇ ਪੂਰੀ ਤਰ੍ਹਾਂ ਸਮੇਂ ਦੇ ਹਾਕਮਾਂ ਨੂੰ ਚਲਾ ਰਹੇ ਅਤੇ ਮੀਡੀਆ ਹਾਊਸ ਪੂਰੀ ਤਰ੍ਹਾਂ ਉਹਨਾਂ ਦੇ ਹੱਥ 'ਚ ਆ। ਜਿਵੇਂ ਚੱਲਦੇ ਆ ਉਸ ਹਿਸਾਬ ਨਾਲ ਆਪਣੇ ਗਿਣ ਮਿੱਥ ਕੇ ਪ੍ਰੋਗਰਾਮ ਰੱਖਦੇ ਆ। ਸੋ ਇਹਨੂੰ ਹੋਰ ਕਾਮਯਾਬੀ ਨਾਲ ਅੱਗੇ ਲੈ ਕੇ ਜਾਈਏ। ਇਸ ਕਰਕੇ ਆਪਾਂ ਵੀ ਮੀਟਿੰਗ ਕਰਕੇ ਇਹਦੇ ਬਾਰੇ ਫੈਸਲਾ ਕਰਾਂਗੇ ਸ਼ਾਮਾਂ ਤੱਕ ਵੀ ਕੀ ਨਿਕਲ ਕੇ ਆਉਂਦਾ ਵਾ। ਸੋ ਇਸ ਕਰਕੇ ਸ਼ਹਿਰੀਆਂ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਐਤਵਾਰ ਵਾਲੇ ਦਿਨ ਜਿਹੜੇ ਵੀ ਸ਼ਹਿਰਾਂ ਦੇ ਵੀਰ ਆ ਉਹ ਜ਼ਰੂਰ ਸਾਡੇ ਦੇਵੀਦਾਸਪੁਰਾ ਜਾਂ ਜਿੱਥੇ ਵੀ ਜਥੇਬੰਦੀਆਂ ਕਿਤੇ ਬੈਠੀਆਂ ਉੱਥੇ ਐਤਵਾਰ ਵਾਲੇ ਦਿਨ ਪਰਿਵਾਰਾਂ ਸਮੇਤ ਜਿਹੜਾ ਵਾ 12 ਤੋਂ 4 ਵਜੇ ਤੱਕ ਦਾ ਟਾਈਮ ਕੱਢ ਕੇ ਜ਼ਰੂਰ ਧਰਨਿਆਂ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋਇਆ ਕਰ, ਤਾਂ ਜੋ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਸੋ ਸਾਰਾ ਪੰਜਾਬ ਇਸ ਅੰਦੋਲਨ ਦੇ ਵਿੱਚ ਨਾਲ ਚੱਲ ਰਿਹਾ। ਸੋ ਇਸੇ ਤਰ੍ਹਾਂ ਇਹ ਅੰਦੋਲਨ ਗਾਂ ਹਰਿਆਣੇ 'ਚ ਜਿਵੇਂ ਮੱਗ ਰਿਹਾ ਪੂਰੇ ਦੇਸ਼ 'ਚ ਚੱਲੂਗਾ। ਸੋ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਤੱਕ ਸੰਘਰਸ਼ ਕਰਾਂਗੇ, ਇਹ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਹਿਣਗੇ ਤੋ ਲੋਕ ਦੇਖਦੇ ਰਹਿ ਜਾਏਗੇ, ਆਪਕੇ ਵੈਲਕਮ ਮੇ 4 ਚਾਂਦ ਲੱਗ ਜਾਏਗੇ, ਆਏਗੇ ਤੋ ਪਸੰਦ ਕਰਕੇ ਹੀ ਜਾਏਗੇ। ਟ੍ਰੈਂਡਿੰਗ ਆਰਾਮਦਾਇਕ ਔਰ ਕਿਫਾਇਤੀ ਸੂਟ, ਸ਼ੇਰਵਾਨੀ ਔਰ ਬਲੇਜ਼ਰਸ, ਦ ਬਲੇਜ਼ਰਸ ਮਨੋਹਰ ਸਿੰਘ ਐਂਡ ਸੰਸ, ਲੋਅਰ ਬਾਜ਼ਾਰ ਸ਼ਿਮਲਾ। छह महीने तो होने दे, दूध पी रोज दादी ना दे दो, रुक जा, पहले 6 महीने तो होने दे। कुछ भी क्यों नहीं? क्योंकि 6 महीने से पहले कुछ और खिलाया पिलाया तो हो जाएगा दस्त। 6 महीने तक सिर्फ मम्मी का ही दूध समझी। अरे वाह।